ਸ੍ਰੀਕਾਲ ਜੀ ਮੈਂ ਕੁਲਵਿੰਦਰ ਸਿੰਘ ਬਰਾੜ ਮੈਂ ਕਿਰਨਦੀਪ ਕੌਰ ਅੱਜ ਹੈਗੀ 3 ਮਾਰਚ 2021 ਹਾਂਜੀ ਹਾਂਜੀ ਤੇ ਕਿਵੇਂ ਸੀ ਗਾਣਾ ਮੈਂ ਤੇਰੀ ਦੁਸ਼ਮਨ ਦੁਸ਼ਮਨ ਤੂੰ ਮੇਰਾ ਮੈਂ ਨਾ ਗਿਣਤੂ ਸਪੇਰਾ ਤੂੰ ਮੈਂ ਨਾ ਗਿਣਤੂ ਸਪੇਰਾ ਹਾਂ ਜਨਮ ਜਨਮ ਸੇ ਤੇਰਾ ਮੇਰਾ ਵੈਰ ਓ ਰੱਬਾ ਖੈਰ ਓ ਰੱਬਾ ਖੈਰ ਹਾਂਜੀ ਹੁਣ ਤੁਸੀਂ ਸਮਝ ਗਏ ਹੋਵੋਗੇ ਨਹੀਂ ਸੱਪ ਦੀ ਅੱਜ ਆਪਾਂ ਗੱਲ ਕਰਨੀ ਹੈ ਇੱਕ ਹੈ ਬਈ ਇੱਛਾਧਾਰੀ ਨਾਗ ਜਾਨੀ ਜਿਹੜੇ ਹੁੰਦੇ ਆ ਜਾਂ ਆਪਾਂ ਦੂਜੇ ਦੇਹਧਾਰੀ ਵੀ ਕਹਿ ਦਿੰਦੇ ਹਾਂ ਕਿਉਂਕਿ ਆਪਾਂ ਨਾ ਇੱਕ ਵੀਡੀਓ ਫਿਰਦੀ ਆ ਇੰਟਰਨੈਟ ਤੇ ਉਹਦੇ ਵਿੱਚ ਖੇਤਾਂ ਦੇ ਵਿੱਚ ਮੈਨੂੰ ਲੱਗਦਾ ਇੱਕ ਸੱਪ ਆ ਬਹੁਤ ਵੱਡਾ ਹਾਂ ਵੱਡਾ ਸੱਪ ਆ ਜਾਨੀ ਜਿਹਨੂੰ ਆਪਾਂ ਪਾਈਥਨ ਕਹਿ ਸਕਦੇ ਹਾਂ ਅਜਗਰ ਕਹਿ ਸਕਦੇ ਹਾਂ ਜਾਂ ਵੱਡੇ ਸਰਾਲ ਕਹਿ ਦਿੰਦੇ ਸਰਾਲ ਉਹ ਉਹ ਸਾਈ ਦਾ ਵੱਡਾ ਸੱਪ ਆ ਹਨਾ ਠੀਕ ਆ ਤੇ ਉਹ ਸੱਪ ਆ ਜਿਹੜਾ ਉਹ ਐ ਖੜਾ ਹਾਂ ਖੜਾ ਠੀਕ ਆ ਐ ਉੱਚਾ ਇੰਨਾ ਇੰਨਾ ਉੱਚਾ ਖੜਾ ਜਾਨੀ ਧਰਤੀ ਤੋਂ ਠੀਕ ਆ ਤੇ ਉਹ ਐ ਲੱਗਦਾ ਉਹ ਤੇ ਉਹਦੀ ਪੂਛ ਵੀ ਖਾਸੀ ਹੈ ਪਰ ਸੱਪ ਮੈਨੂੰ ਲੱਗਦਾ ਖੜ ਜਾਂਦੇ ਆ ਨਹੀਂ ਖੜ ਤਾਂ ਜਾਂਦੇ ਮੈਂ ਤੁਹਾਨੂੰ ਦੱਸਦਾ ਤੇ ਉਹਦੇ ਵਿੱਚ ਇਹ ਆ ਵੀ ਉਹ ਉਹਦਾ ਢਿੱਡ ਮੋਟਾ ਉਹ ਐ ਲੱਗਦਾ ਦੂਰੋਂ ਫਾਨ ਉਹਨੇ ਐ ਕੀਤਾ ਹੋਇਆ ਵੀ ਜਿਵੇਂ ਕੋਈ ਬੰਦਾ ਖੜਾ ਜਾਨੀ ਇੱਛਾਧਾਰੀ ਨਾਗ ਜਿਵੇਂ ਕਹਿ ਦਿੰਦੇ ਆ ਵੀ ਕੋਈ ਉਹਨੇ ਆਪਦਾ ਰੂਪ ਬਦਲਿਆ ਹੋਇਆ ਵੀ ਔਰਤ ਦਾ ਜਾਂ ਮਰਦ ਦਾ ਜੋ ਵੀ ਪਰ ਉਹ ਕਲੀਅਰ ਨਹੀਂ ਜੀ ਜਿਵੇਂ ਆਪਾਂ ਪਿਕਚਰਾਂ ਚ ਦੇਖਦੇ ਆ ਬਹੁਤ ਹੀ ਇੰਟਰਸਟਿੰਗ ਟੌਪਿਕ ਆ ਤੇ ਇੰਨੀਆਂ ਵਧੀਆ ਮੈਨੂੰ ਤਾਂ ਪਿਕਚਰਾਂ ਲੱਗਦੀਆਂ ਸੀਗੀਆਂ ਨਾ ਵੀ ਉਹ ਆਉਂਦੀ ਆ ਔਰਤ ਉਸ ਤੋਂ ਬਾਅਦ ਉਹ ਜਾਨੀ ਉਹ ਸੱਪ ਔਰਤ ਬਣ ਜਾਂਦੀ ਆ ਕਦੇ ਬੰਦਾ ਬਣ ਜਾਂਦੀ ਆ ਫਿਰ ਉਹ ਬਦਲਾ ਲੈਂਦੇ ਆ ਨਾ ਹਾਂ ਜਾਨੀ ਬਈ ਉਹ ਜਿਹੜੀ ਇੱਛਾ ਉਹਦੀ ਹੁੰਦੀ ਆ ਵੀ ਉਹ ਆਪਦਾ ਰੂਪ ਬਦਲ ਲੈਂਦੀ ਆ ਜਾਨੀ ਹਨਾ ਜਾਨੀ ਇਹਦੇ ਤੇ ਅਸੀਂ ਉਹ ਵੀਡੀਓ ਤੋਂ ਬਾਅਦ ਜਾਨੀ ਮੈਂ ਤਾਂ ਪਹਿਲੇ ਜਾਨੀ ਜੋ ਦੇਖੀ ਉਹਦੇ ਮੈਂ ਤਾਂ ਕਲਿੱਕ ਕਰ ਗਈ ਮੈਂ ਕਿਹਾ ਵੀ ਨਹੀਂ ਇਹ ਵੀਡੀਓ ਨੂੰ ਜਾਨੀ ਜਿਹੜੇ ਹਿਸਾਬ ਨਾਲ ਪ੍ਰਚਾਰਿਆ ਜਾ ਰਿਹਾ ਵੀ ਇਹ ਇੱਛਾਧਾਰੀ ਨਾਗ ਆ ਹਨਾ ਤੇ ਵੀ ਐ ਨਹੀਂ ਹੋ ਸਕਦਾ ਵੀ ਇਹੋ ਜਿਹੀ ਤਾਂ ਕੋਈ ਅਜੇ ਹੁੰਦਾ ਮੰਨ ਲਓ ਹੁਣ ਨੂੰ ਤਾਂ ਨੈਸ਼ਨਲ ਜੀਓਗ੍ਰਾਫੀ ਵਾਲਿਆਂ ਨੇ ਲੱਭ ਲੈਣਾ ਡਿਸਕਵਰੀ ਵਾਲਿਆਂ ਨੇ ਇਸ ਹਰੇਕ ਕੰਟਰੀ ਦੇ ਵਿੱਚ ਪੱਕੇ ਹੀ ਡੇਰੇ ਇਹਨਾਂ ਨੇ ਹਰੇਕ ਜੰਗਲਾਂ ਦੇ ਵਿੱਚ ਪੱਕੇ ਹੀ ਹਨਾ ਤੇ ਹੁਣ ਨੂੰ ਤਾਂ ਇਹ ਲੱਭ ਜਾਣੀ ਸੀ ਚੀਜ਼ ਜਾਣੀ ਜਾਣੀ ਰੂਪ ਬਦਲਦਾ ਉਹਨਾਂ ਨੇ ਕੈਮਰਾ ਲਾਈ ਰੱਖਣ ਉਹ ਤਾਂ 24 ਘੰਟੇ ਲਾਈ ਰੱਖਦੇ ਆ ਜਿਹੜਾ ਨਾਗ ਜਾਂ ਨਾਗਿਨ ਇੱਛਾਧਾਰੀ ਰਾਤ ਨੂੰ ਆਪਦਾ ਰੂਪ ਬਦਲ ਲੈਂਦਾ ਜਦੋਂ ਵੀ ਹੁਣ ਨੂੰ ਤਾਂ ਉਹ ਆ ਜਾਣੀ ਸੀ ਵੀਡੀਓ ਜਾਣੀ ਜੇ ਹੁੰਦੀਆਂ ਅੱਛਾ ਤੇ ਇੱਕ ਉਹਨਾਂ ਕੋਲੇ ਮਨੀ ਵੀ ਹੁੰਦੀ ਆ ਮਨੀ ਦੇ ਪਿੱਛੇ ਸਾਰੀ ਪਿਕਚਰ 'ਚ ਲੜਦੇ ਰਹਿੰਦੇ ਆ ਉਹਨੂੰ ਲੁਕਾਉਂਦੇ ਰਹਿੰਦੇ ਆ ਇੱਛਾਧਾਰੀ ਨਾਗ ਨਾਗਿਨ ਤੇ ਉਹ ਵੀ ਜਿਹੜਾ ਜੋਗੀ ਜਿਹਾ ਹੁੰਦਾ ਉਹ ਮਨੀ ਲੈਣ ਉਹਨਾਂ ਦੇ ਮਗਰ ਮਗਰ ਫਿਰਦਾ ਮਨੀ ਨੂੰ ਤਾਂ ਉਹ ਤਾਂ ਪੂਰਾ ਆਪਣੇ ਦਾ ਉਹ ਤਾਂ ਹੀਰੇ ਵਰਗੀ ਲਗਾਉਂਦੇ ਹੁੰਦੇ ਫਿਲਮਾਂ ਦੇ ਵਿੱਚ ਤਾਂ ਚਮਕ ਦਮ ਕਾਲੀ ਹਾਂ ਪੂਰੀ ਚਮਕ ਦੀ ਪਰ ਹੁੰਦੀ ਤਾਂ ਉਹ ਸਟੋਨ ਵਰਗੀ ਹੈ ਜਾਨੀ ਜਿਵੇਂ ਪਥਰੀ ਆਪਣੇ ਬਣ ਜਾਂਦੀ ਹੈ ਪਥਰੀ ਕਿਤੇ ਵੀ ਜਾਨੀ ਉਹ ਜ਼ਹਿਰ ਦੀ ਕਹਿੰਦੇ ਦੱਸਦੇ ਆ ਉਹ ਕਹਿੰਦੇ ਅਨਯੂਜ਼ਡ ਵੈਨਮ ਜਿਹੜਾ ਅਨਯੂਜ਼ਡ ਜ਼ਹਿਰ ਹੁੰਦਾ ਜਿਹੜਾ ਨਹੀਂ ਯੂਜ਼ ਦੇ ਵਿੱਚ ਉਹਦੇ ਫਨ ਦੇ ਵਿੱਚ ਨਾ ਉਹਦਾ ਪੱਥਰ ਬਣ ਜਾਂਦਾ ਹਾਂ ਜ਼ਹਿਰ ਦਾ ਤੇ ਉਹ ਜ਼ਹਿਰ ਦਾ ਪੱਥਰ ਬਣ ਜਾਂਦਾ ਜਿਵੇਂ ਕਹ ਲੋ ਵੀ ਆਹ ਆਪਣੇ ਨਹੀਂ ਅੱਛਾ ਇਹ ਵੀ ਹੋ ਸਕਦਾ ਜਿਵੇਂ ਸੱਪ ਪੁਰਾਣਾ ਹੋਈ ਜਾਂਦਾ ਜੰਗਲ ਚ ਰਹਿੰਦਾ ਕਿਸੇ ਨੂੰ ਨਹੀਂ ਉਹਨੇ ਦੱਸਿਆ ਨਹੀਂ ਹਾਂ ਤੇ ਉਹਦਾ ਅਨਯੂਜ਼ਡ ਹੀ ਹੋ ਗਿਆ ਜਿਹੜਾ ਕਿਤੇ ਯੂਜ਼ ਨਹੀਂ ਹੋਇਆ ਪਰ ਉਹਦੀ ਬਾਡੀ ਚ ਤਾਂ ਬਣ ਰਿਹਾ ਨਾ ਕਰਦੇ ਕਰਦੇ ਉਹਦਾ ਪੱਥਰ ਬਣ ਜਾਂਦਾ ਪੱਥਰ ਬਣ ਜਾਂਦਾ ਉਹ ਆ ਉਹਨੂੰ ਚੀਰਾ ਜਾਂ ਦੇ ਕੇ ਉਹਨੂੰ ਕੱਢ ਲੈਂਦੇ ਜਾਨੀ ਉਹਨੂੰ ਜਾਨੀ ਉਵੇਂ ਹੁੰਦਾ ਚਲੋ ਉਹ ਤਾਂ ਇਹ ਆ ਪਰ ਜਿਹੜਾ ਇੱਛਾਧਾਰੀ ਨਾਗ ਦੀ ਜਾਨੀ ਜੋ ਅਸੀਂ ਭਾਈ ਰਿਸਰਚ ਕੀਤੀ ਸਾਨੂੰ ਤਾਂ ਕੋਈ ਇਹੋ ਜਿਹਾ ਲੱਭਿਆ ਨਹੀਂ ਵੀ ਇੱਛਾਧਾਰੀ ਨਾਗ ਹੁੰਦੇ ਆ ਅਸੀਂ ਤਾਂ ਬਹੁਤ ਸਰਚ ਕੀਤੀ ਇੰਟਰਨੈਟ ਤੇ ਪਰ ਕੋਈ ਗੱਲ ਕੋਈ ਵੀਡੀਓ ਨਹੀਂ ਕੋਈ ਕੁਛ ਨਹੀਂ ਕੋਈ ਉਹਦੇ ਵਿੱਚ ਕੋਈ ਡਾਕੂਮੈਂਟਰੀ ਨਹੀਂ ਕੁਛ ਨਹੀਂ ਸਾਨੂੰ ਲੱਭਿਆ ਜੀਰੋ ਆ ਜੀਰੋ ਰਿਜ਼ਲਟ ਹਨਾ ਤੇ ਉਦੋਂ ਪਰ ਇਹ ਆ ਵੀ ਜਿਹੜਾ ਉਹ ਜਿਹੜੀ ਵੀਡੀਓ ਆ ਜਿਹੜੀ ਆਪਾਂ ਗੱਲ ਕਰਦੇ ਆ ਪਰ ਉਹ ਸੱਪ ਐਡਾ ਵੱਡਾ ਐਡਾ ਚੌੜਾ ਲੱਗ ਰਿਹਾ ਉਹਦੇ ਵਿੱਚ ਇਹ ਆ ਉਹ ਹੈਗਾ ਸਰਾਲ ਠੀਕ ਆ ਜਿਹੜੇ ਸਰਾਲ ਆ ਜਾਂ ਅਜਗਰ ਆ ਜਾਂ ਜੋ ਵੀ ਆ ਪਾਈਥਨ ਕਹਿ ਦਿੰਦੇ ਉਹ ਇਹ ਆ ਵੀ ਉਹਨੇ ਦੋ ਖਾਧੇ ਹੋਏ ਆ ਦੋ ਚਾਹੇ ਉਹਨੇ ਸਹੇ ਖਾਧੇ ਆ ਸਹੇ ਦਾ ਜਾਂ ਛੋਟੇ ਆ ਜਾਣੀ ਚਾਹੇ ਹਿਰਨ ਖਾਧੇ ਆ ਚਾਹੇ ਕੁੱਤਾ ਬਿੱਲਾ ਜਾਂ ਜਿਹੜੇ ਜੰਗਲੀ ਸੂਰ ਆ ਜਾਂ ਹੋਰ ਆ ਜਾਣੀ ਇਹੋ ਜਿਹੇ ਜਾਨਵਰ ਜਿਹੜਾ ਵੱਡਾ ਜਾਨਵਰ ਆ ਜਾਣੀ ਸੱਪ ਆ ਨਾ ਸੱਪ ਤਾਂ ਬੰਦੇ ਨੂੰ ਵੀ ਨਿਗਲ ਜਾਂਦੇ ਆ ਬੱਚਿਆਂ ਨੂੰ ਬੰਦੇ ਨੂੰ ਨਿਗਲ ਜਾਂਦਾ ਹਾਂ ਕੋਈ ਵੱਡੀ ਗੱਲ ਨਹੀਂ ਜਾਣੀ ਜੇ ਉਹਨੇ ਵੱਡਾ ਪਸ਼ੂ ਜਾਂ ਜਾਨਵਰ ਖਾਧਾ ਹੋਇਆ ਜਾਣੀ ਹਨਾ ਜਾਣੀ ਕੁੱਤੇ ਬਿੱਲੇ ਦੇ ਸਾਈ ਦਾ ਹਾਂ 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 ਹਨਾ ਹੋ ਸਕਦਾ ਜਾਣੀ ਉਹ ਜਾਣੀ ਜਿਹੜੇ ਜੰਗਲੀ ਸੂਰ ਆ ਉਹ ਜ਼ਿਆਦਾ ਖਾਧਾ ਹੋਵੇ ਉਹਨੇ ਹਨਾ ਉਹਦੀ ਇੱਕ ਤਾਂ ਉਹਦੀ ਪੂਛ ਦੇ ਵਿੱਚ ਪਿਆ ਮੰਨ ਲਓ ਕਿਉਂਕਿ ਉਹਨੇ ਮੰਨ ਲਓ ਦੋ ਇਕੱਠੇ ਹੀ ਮਾਰ ਲਏ ਠੀਕ ਆ ਉਸ ਤੋਂ ਬਾਅਦ ਇੱਕ ਤਾਂ ਉਹਦੀ ਪੂਛ ਦੇ ਵਿੱਚ ਪਿਆ ਇੱਕ ਉਹਦੇ ਮੰਨ ਲਓ ਇੱਥੋਂ ਉਹਨੇ ਖਾਧਾ ਇੱਥੇ ਧੜ ਦੇ ਵਿੱਚ ਜਾਨੀ ਹਜੇ ਇੰਨੀ ਜਗ੍ਹਾ ਤੇ ਆ ਹੁਣ ਇਹ ਆ ਵੀ ਉਹ ਖੇਤਾਂ ਦੇ ਵਿੱਚੋਂ ਨਿਕਲਿਆ ਪਰ ਉਹ ਤੋਂ ਤੁਰ ਨਹੀਂ ਹੁੰਦਾ ਤਾਂ ਉਹ ਆਪਦੇ ਆਪ ਨੂੰ ਤਾਂ ਚੱਕ ਕੇ
थले जाऊ एक जानवर इथे पिया एक पूछ दे डाइजेस्ट कर लिया पिछे चले गया पूछ दे हुण इह आ वी उह इन्ना हैवी हो गया उदो तुरना मुश्किल हो जाता उदू बाद ਉਹ ਫਿਰ ਉੱਥੇ ਹੀ ਖੜ ਕੇ ਆਪਦੇ ਆਪ ਨੂੰ ਐਂ ਕਰਦਾ ਇੱਕ ਤਾਂ ਉਹਦਾ ਫਾਣਾ ਇੰਨਾ ਚੌੜਾ ਵੱਡਾ ਠੀਕ ਆ ਇੱਕ ਉਹਦੇ ਆ ਉਹ ਐਂ ਲੱਗਦਾ ਜਿਵੇਂ ਕਿਸੇ ਦਾ ਢਿੱਡ ਹੁੰਦਾ ਤੇ ਉੱਤੇ ਮੂੰਹ ਹੁੰਦਾ ਦੂਰੋਂ ਦੇਖਣ ਨੂੰ ਐਂ ਲੱਗਦਾ ਵੀ ਬੰਦਾ ਪਰ ਜਿਹੜੇ ਉਹ ਵੀਡੀਓ ਬਣਾ ਰਹੇ ਆ ਇੰਨੀ ਦੂਰੋਂ ਬਣਾਈ ਜਾਂਦੇ ਆ ਜਾਂ ਤਾਂ ਥੋੜਾ ਜਿਹਾ ਨੇੜੇ ਚਲੇ ਜਾਂਦੇ ਹਨਾ ਪ੍ਰੋਪਰ ਪਤਾ ਲੱਗ ਜਾਂਦਾ ਉਹੀ ਤਾਂ ਗੱਲ ਆ ਪੂਰਾ ਗੇੜਾ ਕੱਢ ਲੈਂਦੇ ਇੰਟਰਸਟਿੰਗ ਹੋ ਜਾਂਦਾ ਹਨਾ ਆਪਾਂ ਦੇਖ ਲੈਂਦੇ ਕਿ ਸੱਚੀ ਜਾਣ ਨੂੰ ਪਰ ਇੰਨਾ ਕੁ ਆਪਾਂ ਨੂੰ ਪਤਾ ਵਾ ਵੀ ਜਿਹੜਾ ਇਹ ਵੱਡੇ ਸੱਪ ਆ ਨਾ ਇਹ ਖਾ ਕੇ ਇਹਨਾਂ ਨੂੰ ਜਿਹੜੀ ਟਾਈਮ ਲੱਗਦਾ ਡਾਈਜੈਸਟ ਕਰਨ ਨੂੰ ਇਹਨਾਂ ਦਾ ਫਿਰ ਫੁੱਲਿਆ ਰਹਿੰਦਾ ਢਿੱਡ ਉਹਨਾਂ ਟਾਈਮ ਹਾਂ ਹਫਤਾ 10 ਦਿਨ 15 ਦਿਨ ਮਹੀਨਾ ਜੋ ਵੀ ਜਿੰਨਾ ਟਾਈਮ ਲੱਗਦਾ ਤੇ ਉਸ ਤੋਂ ਬਾਅਦ ਇਹ ਆ ਵੀ ਇਹ ਉਵੇਂ ਕੁਇਕਲੀ ਨਹੀਂ ਆ ਸਪੀਡ ਨਾਲ ਨਹੀਂ ਜਾ ਸਕਦੇ ਜਿਹਨੇ ਖਾ ਕੇ ਸਵੈਲੋ ਕਰ ਲਿਆ ਉਹ ਫਿਰ ਉਹ ਜਿੰਨਾ ਟਾਈਮ ਉਹ ਥੱਲੇ ਨੀ ਜਾਂਦਾ ਓਨਾ ਟਾਈਮ ਉਹ ਉਸਲ ਵੱਟੇ ਆਈ ਲੈਂਦਾ ਰਹਿੰਦਾ ਉੱਥੇ ਖੜ ਕੇ ਇਧਰ ਉਧਰ ਆਪਾਂ ਜਿਆਦਾ ਖਾ ਲਈ ਆਪਾਂ ਨੀ ਉਸਲ ਵੱਟੇ ਲੈਂਦੇ ਆਪਾਂ ਕਿਹੜਾ ਭੱਜ ਲੈਂਦੇ ਖਾ ਕੇ ਹਾਂ ਜਾਨੀ ਉਹ ਪੈ ਕੇ ਤਾਂ ਉਹਦਾ ਸਟ੍ਰੈਚ ਹੋ ਨਹੀਂ ਰਿਹਾ ਤਾਂ ਉਹ ਆਪਦੇ ਆਪ ਨੂੰ ਉੱਪਰ ਨੂੰ ਚੱਕ ਚੱਕ ਕੇ ਸਟ੍ਰੈਚ ਕਰਦਾ ਜਾਨੀ ਥੱਲੇ ਚਲਿਆ ਜਾਵੇ ਪਸ਼ੂ ਦਾ ਜਿਹੜਾ ਉਹਨੇ ਖਾਧਾ ਜਾਨਵਰ ਭਾਰ ਦੇ ਨਾਲ ਹੀ ਆਪਦੇ ਵੀ ਹਨਾ ਹੁਣ ਮੰਨ ਲਓ ਜੇ ਕੋਈ ਵਿੱਚ ਕਹੀ ਜਾਂਦਾ ਕਿ ਤੁਸੀਂ ਤਾਂ ਕਰਮ ਵਾਲੇ ਹੋ ਤੁਹਾਡੇ ਖੇਤ 'ਚ ਸਾਫ ਦੋਸਤੋ जो सप इस वीडियो में तुसी देख रहे हो यह बहुत साल पुराना सप है जो भी आदमी इस सप नू देखदा सी वह उस रास्ते नहीं जांदा सी क्योंकि दोस्तों बहुत साल पुराना सप है बहुत ही बड़ा सप है जिसनू इकला बंदा देख के तां डर जांदा सी इस दियां पिंड विच गल्लां सुनियां जांदियां सी जिवें आपां हुण दोस्तों कह दईए भी अपने ਸ੍ਰਿਸ਼ਟੀ ਨੇ ਜਾਨੀ ਜਿਹੜੀ ਇੱਕ ਜਾਨਵਰ ਬਣਾਇਆ ਜੇ ਉਹਨਾਂ ਦੇ ਖੇਤਾਂ ਦੇ ਵਿੱਚ ਉਹ ਆ ਕੇ ਖਾ ਰਿਹਾ ਹੈ ਤਾਂ ਕਰਮਾਂ ਦੀ ਗੱਲ ਹੀ ਆ ਉਹ ਕਿਹੜਾ ਰੋਜ਼ ਤੁਹਾਨੂੰ ਦਿਖਦਾ ਇਹੋ ਜਿਹਾ ਸੱਪ ਐ ਉਸ ਤਰੀਕੇ ਨਾਲ ਉਹਨੂੰ ਲੈ ਸਕਦੇ ਆ ਪਰ ਹਾਂ ਵੀ ਜੇ ਕੋਈ ਕਰਾਮਾਤ ਜਾਂ ਕੋਈ ਉਹਦੇ ਨਾਲ ਚਮਤਕਾਰ ਹੋ ਗਿਆ ਨਾ ਕੋਈ ਉਹਨੇ ਇੱਛਾ ਉਹਨੇ ਆਪਦੀ ਧਾਰੀ ਹੋਈ ਆ ਵੀ ਕੋਈ ਨਾ ਤਾਂ ਉਹ ਕੁੜੀ ਬਣੀ ਉੱਤੇ ਨਾ ਮੁੰਡਾ ਬਣਿਆ ਹਾਂ ਤਾਂ ਰਾਤ ਨੂੰ ਉਹ ਪਾਈ ਉਹ ਸਿਰਫ ਆਪਦਾ ਉਹਨੇ ਜਿਹੜਾ ਉਹਨੇ ਖਾਧਾ ਹੋਇਆ ਹਜਮ ਆਪਦਾ ਫੂਡ ਆ ਜਿਹੜਾ ਡਾਈਜੈਸਟ ਜਿਹੜਾ ਉਹਨੇ ਸ਼ਿਕਾਰ ਕੀਤਾ ਉਹ ਆਪਦਾ ਉਹ ਸਿਰਫ ਉਹ ਢਿੱਡ ਦੇ ਨਾਲ ਥੱਲੇ ਨੂੰ ਲੈ ਕੇ ਜਾ ਰਿਹਾ ਉੱਪਰ ਨੂੰ ਉੱਠ ਉੱਠ ਕੇ ਤੇ ਪਿਛਲਾ ਉਹਦੀ ਪੂਛ ਦੇ ਵਿੱਚ ਇੱਕ ਹੋਰ ਜਾਨਵਰ ਪਿਆ ਤਾਂ ਕਰਕੇ ਉਹਨੇ ਖਾ ਕੇ ਹੁਣ ਉਹਨੇ ਮੁੜ ਕੇ ਖੁੱਡ 'ਚ ਵੜ ਜਾਣਾ ਕਿਤੇ ਖੂਹ ਦੇ ਵਿੱਚ ਕਿਤੇ ਫਿਰ ਉਹਨੇ ਜਦੋਂ ਫਿਰ ਦੁਬਾਰੇ ਭੁੱਖ ਲੱਗੂ ਉਦੋਂ ਫਿਰ ਨਿਕਲ ਆਊਗਾ ਐਂ ਆ ਜਾਨੀ ਉਹ ਵੱਡੇ ਸੱਪ ਆ ਤਾਂ ਉਹ ਕੋਈ ਇੱਛਾ ਤਾਂ ਸਟੋਰੀਆਂ ਤਾਂ ਸੁਣੀਆਂ ਨੇ ਕਿ ਪੁਰਾਣਾ ਸੱਪ ਐਡਾ ਸੱਪ ਸਾਡੇ ਖੇਤ 'ਚ ਐਡਾ ਰਹਿੰਦਾ ਸੀ ਓਡਾ ਰਹਿੰਦਾ ਸੀ ਐਂ ਸੀ ਫਲਾਨਾ ਉਹ ਚੀਜ਼ਾਂ ਅੱਡ ਨੇ ਹਨਾ ਪੂਰੇ ਕਰਾਊਂਡ ਕਰੂਨ ਲਾ ਕੇ ਓਵੇਂ ਨੀ ਗਾ ਵੀ ਇਹ ਪੂਰੇ ਉਹ ਬਣੀ ਹੋਊਗੀ ਮੈਂ ਤਾਂ ਦੇਖੋ ਆਹੀ ਸੋਚਿਆ ਸੀ ਤੁਸੀਂ ਜਦ ਮੈਨੂੰ ਕਿਹਾ ਕਿ ਇੱਛਾਧਾਰੀ ਦੀ ਤੈਨੂੰ ਵੀਡੀਓ ਦਿਖਾਉਣੀ ਆ ਨਹੀਂ ਸੋਚਿਆ ਕਿ ਉਹ ਚਿੱਟੇ ਕੱਪੜੇ ਵਾਲਾ ਮੁਕਟ ਲਾ ਕੇ ਕੁੜੀ ਆਏ ਖੜੀ ਹੋ ਗਈ ਇੱਛਾਧਾਰੀ ਉਹ ਜਾਂ ਕੁਛ ਨੀ ਸੀ ਉਹਦਾ ਕੋਈ ਸੱਪ ਸੀਗਾ ਜਾਨੀ ਜੇ ਤੇ ਸੱਪ ਵੀ ਨੀ ਮੈਨੂੰ ਸਮਝ ਲੱਗਿਆ ਮਤਲਬ ਬੇਡਾ ਚੌੜਾ ਜਿਹਾ ਸੀ ਉਹਨੇ ਕੁਛ ਖਾਧਾ ਹੋਇਆ ਖਾਧਾ ਜਾਨਵਰ ਖਾਧਾ ਹੋਇਆ ਇਸ ਕਰਕੇ ਵੀ ਭਾਈ ਇਹ ਸਾਡਾ ਮੰਨਣਾ ਫਿਰ ਅਸੀਂ ਵੀਡੀਓ ਦੇ ਵਿੱਚ ਕਹਿੰਦੇ ਆ ਤੁਸੀਂ ਸਾਰਿਆਂ ਨੇ ਸਾਡੇ ਨਾਲ ਸਹਿਮਤ ਹੋਣਾ ਨਹੀਂ ਹੋਣਾ ਤੁਹਾਡੀ ਮਰਜ਼ੀ ਆ ਮੈਂ ਵੀ ਨੰਬਰ ਨਾ ਮੰਗਣ ਲੱਗ ਜਾਊਗੀ ਹੁਣ ਆਪਦਾ ਨੰਬਰ ਦੇ ਦੋ ਤੇ ਅਸੀਂ ਤੈਨੂੰ ਭਾਈ ਮਨਾਉਣਾ ਵਾ ਵੀ ਹਾਂ ਵੀ ਇਹ ਸਾਡੇ ਵੀ ਇੱਛਾਧਾਰੀ ਹੋਈ ਆ ਉਹ ਸਾਨੂੰ ਭਾਈ ਇਹ ਮਨਾਉਣ ਦੇ ਵਿੱਚ ਕੋਈ ਤੁਹਾਡਾ ਫਾਇਦਾ ਨਹੀਂ ਹੋਣਾ
मारो नहीं डिस्कवरी फोन नेशनल ज्योग्राफी खेत चा पिंड भी दस अगले लाइव वीडियो चौबी घंटे पिंड च सप स्टोरियां हां पिंड दा पर मैं ना नहीं लेना मैनूं तां पता वा अपने पिंड वाले दा ही पिंड आ हां ते ओथे रहंदा ते उहनां नूं दसो उहनां ने दुध पानी दा पानी कर देना हां राइट वे ओ कह 24 घंटे कैमरे उहनां ने पक्के फिट कर लेने आसे पासे जिथे जाऊगा जदों रूप बदलूगा तुहानूं पता लग जू महीने 6 महीने साल 5 साल 10 साल ओह बैठे रहंदे डेरे ला के कोई उहनां नूं काली नहीं हुंदी हां नहीं ओह तां बकरला कल्ला ओह तां कितना टाइम ही ला दिंदे ओह तां करके इह सानूं लगदा सी वी बेबी जिहड़ी समाज दे विच इक वी हो सकदा वी इह गलत प्रचार होवे ਵੀ ਇਹਨੂੰ ਆਪਾਂ ਜੇ ਸਹੀ ਕਰਨ ਦੇ ਵਿੱਚ ਆਪਾਂ ਆਪਣਾ ਯੋਗਦਾਨ ਪਾ ਦਈਏ ਤਾਂ ਕਰਕੇ ਅਸੀਂ ਵੀਡੀਓ ਬਣਾਈ ਸੀ ਵੀ ਭਾਈ ਸੱਪਾਂ ਦਾ ਹਜੇ ਤੱਕ ਕੋਈ ਇੱਛਾਧਾਰੀ ਨਾਗ ਅਸੀਂ ਨਹੀਂ ਦੇਖੇ ਨਾ ਮੰਨਣੇ ਨਾ ਹੁੰਦੇ ਜਿੰਨਾ ਟਾਈਮ ਅਸੀਂ ਲਾਈਵ ਨਹੀਂ ਦੇਖਦੇ ਠੀਕ ਆ ਹਾਂ ਚਲੋ ਠੀਕ ਆ ਜੀ ਸਾਰਿਆਂ ਦਾ ਧੰਨਵਾਦ ਮਿਲਦੇ ਹਾਂ ਫਿਰ ਕਿਸੇ ਨਵੀਂ ਵੀਡੀਓ ਦੇ ਵਿੱਚ